ਹਿਜੜਾਂ ਦੀਆਂ ਵਫਾਵਾਂ ਯਾਦ ਆਉਂਦੀਆਂ, ਯਾਦਾਂ ਹਿਜੜਾਂ ਦੀਆਂ ਉਹ ਵਫਾਵਾਂ ਯਾਦ ਆਉਂਦੀਆਂ, ਜਿੱਥੇ ਰਲ ਸੁਣਦੇ ਆਸੇ ਥਾਵਾਂ ਯਾਦ ਆਉਂਦੀਆਂ। ਹਾਂਜੀ ਬਲੀਏ ਲੋਕੇ ਜਾਗਦੇ ਹੋ, ਜਲਦੀ ਹੋ ਜਾ ਜੀ। ਚਲੋ ਜੀ ਅਸੀਂ ਬਹਿ ਜਾਂਦੇ ਹਾਂ, ਇੱਕੜੀ ਗੱਲ ਆ। ਉਹ ਬਲੀਏ ਲੋਕੇ ਕੋ ਰੋਟੀ ਚ, ਹੈਲੋ ਮੇਰੀ ਗੱਲ ਸੁਣ ਲੈ ਤਵੱਜੋ ਨਾਲ। ਬਾਹਰ ਮੈਨੂੰ ਪਤਾ ਲੋਕ ਕੀ ਕਹਿੰਦੇ ਨੀ, ਦਿੱਤੂ ਲੰਬਰਦਾਰ, ਦਿੱਤੂ ਲੰਬਰਦਾਰ। ਤੂੰ ਮੇਰੀ ਕਦਰ ਕਿੱਥੇ ਪਾਈ ਆ? ਤੂੰ ਲੰਬਰਦਾਰ ਹੋਸੇ ਤਾਂ ਬਾਹਰ ਹੋਸੇ, ਮੇਰੇ ਕੰਨ ਕੋਈ ਨੀ ਲੰਬਰਦਾਰ। ਇੱਥੇ ਮੈਂ ਕੀ ਕਰ ਕਮਾਈਏ ਕਰਦਾ ਵਦਾ? ਨਹੀਂ ਪਿੱਤਾ, ਸਾਰਾ ਦਿਨ ਫੇਰ ਕੇ ਆ ਜਾਣਾ ਉਹਰਾ, ਰੋਟੀ ਮੰਗਦਾ ਇੱਥੇ ਕਮਾਈ ਕਰਕੇ ਲੈ ਆਉਂਦਾ, ਜਿੱਤੇ ਵਦਾ ਹੈ ਉਧਰ ਰੋਟੀ ਕੋਈ ਨੀ ਲੱਭਦੀ ਤੈਨੂੰ। ਓਏ ਉਧਰ ਹੀ ਮੈਂ ਕੰਮ ਕਰ ਰਿਹਾ। ਕੀ ਕੰਮ ਕਰ ਰਿਹਾ? ਮੈਨੂੰ ਤਾਂ ਪਤਾ ਕੋਈ ਨੀ ਕੀ ਕੰਮ ਕਰ ਰਿਹਾ ਤੂੰ। ਉਹ ਜਿੰਨੇ ਕੁੱਤੇ ਆਵਾਰਾ ਵਦਾ ਹੈ ਤੇ ਉਹ ਜਿੰਨੇ ਕੁੱਤੇ ਲੰਘਦੇ ਆ, ਕੁੱਤੇ ਤਾਂ ਮੈਂ ਗਿਣ ਕੇ ਆਉਣਾ। ਕੁੱਤੇ ਲੱਗਦੇ ਤਾਂ ਤੂੰ ਉਹਨਾਂ ਨਾਲੋਂ ਘੱਟ ਹੈ ਕੋਈ, ਮੈਨੂੰ ਕੀ ਪਤਾ ਸੀ ਮੈਂ ਤਕਦੀਰ ਦੇ ਗਲ ਪੈਣਾ। ਵੇ ਤੇਰੇ ਵਰਗੇ ਨੰਬਰਦਾਰ ਨਾਲੋਂ ਤਾਂ ਮੈਂ ਐਵੇਂ ਚੰਗੀ। ਆ ਚੁੱਪ ਕਰ, ਚੁੱਪ ਕਰ, ਮੇਰੇ ਵਰਗੇ ਨੰਬਰਦਾਰ ਨੂੰ। ਵੇ ਕੰਮ ਕਰ, ਵੇ ਕੰਮ ਕਰ, ਮੈਂ ਹੁਣੇ ਆਪਦੇ ਬਰਾਂ, ਮੈਂ ਤੇਰੀ ਖਾਤਰ ਆਪਣਾ ਘਰ ਬਾਹਰ ਛੋੜ ਕੇ ਆਇਆ, ਬਾਹਰ ਆਪਣੀ ਭੈਣੀ ਤੇ ਆਇਆ ਬੈਠਾ। ਮੈਂ ਹੁਣੇ ਆਪਦੇ ਭਾਈਆਂ ਨੂੰ ਫੋਨ ਕਰਸਾ ਤੇ ਤੈਨੂੰ ਆਣ ਕੇ ਨਾ ਤੇ ਐਸਾ ਲੇਤਰਾ ਕਰੇਸਣ ਨਾ ਤੂੰ ਯਾਦ ਕਰਸ ਸਾਰੀ ਜ਼ਿੰਦਗੀ। ਅੱਛਾ ਚਲੋ, ਰੋਟੀ ਨਹੀਂ ਆਏਗੀ ਤਾਂ ਪਾਣੀ ਦਾ ਕੁੜਤਾ ਪਿਆ ਦੇ। ਕੋਈ ਨਹੀਂ, ਕੋਈ ਸ਼ੈ ਨਹੀਂ ਹੈ, ਜਾ ਕੇ ਉਦੋਂ ਪੀ ਜਿਤੇ ਹਾਈ। ਕਿੱਧਰ ਆਈ? ਸੁਬਾ ਦਾ ਹੈ ਜਿਤੇ ਉਦਾਂ ਪੀ ਜਾ ਕੇ। ਉਹ ਮੈਂ ਉਧਰ ਗਿਆ ਸੀ ਆਪਣੇ ਪੁਰਾਣੇ ਘਰ, ਉਹ ਹੋਰ ਕਿਤੇ ਨਹੀਂ ਸੀ ਗਿਆ। ਤੇ ਉਹ ਪੁਰਾਣੇ ਘਰ ਵਾਲੀ ਤੈਨੂੰ ਕੋਈ ਨਹੀਂ ਦਿੰਦੀ ਪਈ? ਉਹਦੇ ਮੇਰੀ ਮਾਂ ਬੈਠੀ ਆ ਤੇ ਉਹ ਬਹਿਣ ਤਾਂ ਬੈਠੀ ਆ ਉਹਨਾਂ ਜਿਤੇ ਕਾਣਾ। ਉਹ ਬਰਜਾਈਆਂ ਤਾਂ ਹੈਗੀਆਂ, ਪਾਣੀ ਦਾ ਘੁੱਟ ਨਾ ਪੁੱਛਦੀਆਂ, ਮੈਂ ਉੱਥੇ ਕੀ ਕਰਦਾ? ਤੇ ਮੈਂ ਮੁੜ ਕੀ ਕਰਾਂ? ਤੇ ਤੂੰ ਮੇਰੀ ਬੀਵੀ ਨਹੀਂ ਹੈਗੀ? ਚੱਲ ਵੇ ਪਰਾ, ਸ਼ਾਦੀ ਕੀਤੀ ਸੀ ਉਹ ਭੁੱਲ ਗਈ ਤੂੰ? ਚੱਲ ਚੱਲ ਉਹਦੇ ਜਾ ਕੇ ਜਿਹਦੇ ਕਮਾਈਆਂ ਕਰਦਾ ਵਾ ਤੇ ਖਵਾਈਂਦਾ ਵਾ ਉਹਦੇ ਵਾਦਾ ਰਹਿ। ਉਹ ਕਿੱਥੇ ਕਮਾਈਆਂ ਕਰਨਾ? ਕਿੱਥੇ ਮੈਨੂੰ ਕੀ ਲਿਆ ਕੇ ਦੇਣਾ ਜਿਹੜਾ ਮੈਂ ਤੈਨੂੰ ਰੋਟੀਆਂ ਪਕਾ ਪਕਾ ਕੇ ਦੇਵਾਂ? ਤੇ ਤੂੰ ਆਪਣੇ ਪੇਕਿਆਂ ਕੋਲੋਂ ਲੈ ਕੇ ਆ ਤੇ ਮੈਨੂੰ ਹੀ ਖਵਾ ਦੇ ਆ। ਪੇਕਿਆਂ ਨੇ ਠੇਕਾ ਚ ਆਈ ਵੀ ਮੈਂ ਉਦੋਂ ਰੋਟੀਆਂ ਲੈ ਕੇ ਤੇ ਤੈਨੂੰ ਖਵਾਉਂਦੀ ਵਾ। ਉਹ ਜਦੋਂ ਤੇਰੇ ਭਰਾ ਦੀ ਸ਼ਾਦੀ ਹੋ ਸੀ ਉਦੋਂ ਮੇਰਾ 3 ਲੱਖ ਖਰਚਾ ਕਰਾਤੇ ਤੇ ਹੁਣ ਤੈਨੂੰ ਕੁਝ ਵੀ ਨਹੀਂ ਦਿੰਦੇ? ਉਹ ਮੇਰੇ ਭਾਈਆਂ ਨੇ ਮੇਰੇ ਨਿਕਾਹ ਚ ਲਿਖਿਆ ਆਈ ਵੀ ਤੈਨੂੰ ਰੋਟੀਆਂ ਅਸੀਂ ਖਵਾਈਸਾਂ। ਉਹ ਭਲੀਏ ਲੋਕਾਂ, ਚਲੋ ਚਾਹ ਦਾ ਘੁੱਟ ਪਿਆ ਦੇ। ਕੋਈ ਸ਼ੈ ਨਹੀਂ ਹੈ ਮੇਰੇ ਕੋਲ, ਅਗਾ ਵਧਾ ਜਾ ਉਦੇ ਤੇ ਜਦੋਂ ਆਇਆ ਉਦੇ ਚਲਾ ਜਾ। ਆਪਣਾ ਖਾਤਾ ਲੱਗਾ ਹੋਇਆ ਨਾ, ਤੇ ਮੈਂ ਮੁੜ ਕੀ ਕਰਾਂ? 600 ਖਾਤਾ ਲੱਗਾ ਹੋਇਆ, 6 ਚ ਖਾਤਾ ਲੱਗਾ ਹੋਇਆ, ਮੈਂ ਕਿਤੋਂ ਲੈ ਆਵਾਂ? ਅਗਲੇ ਆਉਂਦੇ ਨੇ ਪਹਿਲਾਂ, ਅਗਲਾ ਤਾਂ ਕਰਜ਼ਾ ਲਾ ਲਓ ਤੇ ਮੁੜ ਅਗਲਾ ਅਗਾਂ ਲੈ ਲਈਏ। ਤੂੰ ਉਹਨਾਂ ਨੂੰ ਕਹਿੰਦੇ ਅਸੀਂ ਗਾਂ ਵੇਚ ਕੇ ਤੁਹਾਨੂੰ ਦੇ ਦਿੰਦੇ ਆ। ਰੋਟੀ ਨੀ ਪਕਾਣੀ? ਮੈਂ ਕਿਤੋਂ ਲੈ ਆਵਾਂ? ਕੋਈ ਸ਼ੈ ਨਹੀਂ। ਆਪਣੇ ਪੇਕੇ ਜਾ। ਮੈਂ ਹੁਣੇ ਯਾਦ ਭਾਈਆਂ ਨੂੰ ਫੋਨ ਕਰੇ। ਤੂੰ ਕਰ ਫੋਨ? ਮੈਂ ਕਰੇ ਨਾ ਫੋਨ। ਮੈਂ ਹੁਣੇ ਕਰ ਫੋਨ, ਕਰ ਫੋਨ। ਜੀ ਲੈ ਦਿਓ ਮੈਨੂੰ ਤੁਸੀਂ, ਮੈਂ ਤਾਂ ਨੌਕਰ ਆ ਤੁਹਾਡਾ, ਮੈਂ ਕਿੱਥੇ ਜਾ ਸਕਣਾ ਪਹਿਲਾਂ? ਤੁਸੀਂ ਮੈਨੂੰ ਲੈ ਕੇ ਦਿਓ ਤਾਂ ਮੈਂ ਕਰਾਂ। ਤੁਸੀਂ ਦੱਸਣਾ ਸੀ ਨਾ, ਮੈਨੂੰ ਫੋਨ ਕਰ ਦਿੰਦਾ, ਗੱਲ ਕਰ ਦਿੰਦਾ, ਮੈਂ ਲਾ ਦਿੰਦਾ। ਮੈਂ ਤਾਂ ਬੜਾ ਬਿਜ਼ੀ ਸੀ। ਉਹ ਜੀ ਤੁਹਾਨੂੰ ਹੁਣ ਦੱਸ ਦਿੱਤਾ, ਤੁਸੀਂ ਸ਼ਹਿਰ ਜਾਣਾ ਨਹੀਂ ਅੱਜ? ਹਾਂ ਜਾਣਾ ਤੇ ਆਇਆ। ਤੁਸੀਂ ਉਹ ਲੈ ਕੇ ਆਓ ਤਾਂ ਮੈਂ ਸਪਰੇ ਕਰ ਦੇਸਾਂ ਜੀ। ਚਲੋ ਠੀਕ ਹੈ, ਬਹਰਾਲ ਹੈ ਜਿਹੜੀ ਜਗ੍ਹਾ ਸੜੀ ਪਈ ਹੈ ਨਾ ਸਾਰੀ। ਹਾਂਜੀ ਆ ਕਮਾਂਦ ਜੇ ਵੋ। ਹਾਂਜੀ ਹਾਂਜੀ ਠੀਕ ਹੈ, ਮੇਰੇ ਅਮਜਾ ਤੱਕ ਦੁਬਾਰਾ ਨਾ ਵੇਖਾਂ ਮੈਂ। ਠੀਕ ਹੋ, ਸਪਰੇ ਵੀ ਮਿਲ ਜਾਸੀ, ਸਾਰਾ ਕੁਝ ਮਿਲ ਜਾਸੀ। ਠੀਕ ਹੈ ਠੀਕ ਹੈ ਜੀ। ਹਾਂ ਤੇ ਜੇ ਕੋਈ ਖਰਚਾ ਘਰ ਵਾਸਤੇ ਦੇ, ਉਹ ਆ ਬੱਚੇ ਭੁੱਖੇ ਰਾਤੀ ਵੀ ਅਸੀਂ ਤਾਂ ਚਾਵਲ ਚਾੜੇ ਨਾ, ਆਟਾ ਕੋਈ ਨਾ ਖਰਚਾ ਕੋਈ ਮਾੜਾ ਮੋਟਾ। ਉਹ ਵੀ ਪੁੱਤਰ ਤੈਨੂੰ ਸ਼ਾਮ ਨੂੰ ਮਿਲ ਜਾਏਗਾ, ਨਾ ਪਰੇਸ਼ਾਨ ਹੋ। ਕਿਉਂ ਪਰੇਸ਼ਾਨ ਹੋ, ਅੱਗੇ ਕਦੇ ਨਹੀਂ ਮਿਲਿਆ? ਮਿਹਰਬਾਨੀ ਜੀ। ਹਾਂ ਸਰ, ਤੁਹਾਡੀ ਕਾਲ ਆਈ।
ਕਿੰਦੀ ਹੈ ਜੀ? ਪਤਾ ਨਹੀਂ ਜੀ, ਤੁਹਾਡੇ ਤੁਸੀਂ ਮੈਨੂੰ ਮੋਬਾਈਲ ਪਾਇਆ ਤਾਂ ਸਿਸਟਰ ਦੀ ਹੈ ਯਾਰ। ਅੱਛਾ ਹਲੋ ਮੈਡਮ, ਹਲੋ ਮੈਂ ਲੁੱਟੀ ਗਈ ਆ ਭਾਈ, ਮੈਨੂੰ ਇਦੋਂ ਮਰਦਾ ਪਿਆ। ਓਏ ਹਾਲ ਓਏ, ਇਦੋਂ ਮਰਦਾ ਗੱਤੀ ਮੈਨੂੰ। ਹਾਂਜੀ ਕੀ ਬਣਿਆ, ਲੜ ਪਏ ਹੋ? ਅੱਛਾ ਚਲੋ ਠੀਕ ਹੈ, ਮੈਂ ਹੁਣੇ ਆਇਆ। ਲੜ ਪਏ ਜੀ? ਹਾਂ ਲੜ, ਚੱਲ ਹੁਣ ਉਹਦੇ ਵੀ ਚੱਲੀਏ, ਫੋਨ ਵੀ ਆਇਆ। ਅੱਛਾ ਜੀ, ਤੇ ਸ਼ਾਮ ਨੂੰ ਜਿਹੜਾ ਬਕਾਇਆ ਹੈ ਉਹ ਤੇਰਾ ਕੰਮ ਵੀ ਹੋ ਜਾਸੀ। ਹਾਂਜੀ ਤੇ ਚੱਲ, ਉਹ ਤਾਂ ਪੁੱਛੀਏ ਉਹਨੂੰ ਹੁਣ ਕੀ ਮੁਸੀਬਤ ਬਣ ਗਈ। ਚਲੋ ਜੀ ਤੇ ਕੀ ਰੋਲਾ ਨੇ। ਅੱਗਾ ਵਗ ਜਾ, ਅੱਗਾ ਵਗ ਜਾ, ਮੈਂ ਆਪ ਭਾਈਆਂ ਨੂੰ ਫੋਨ ਕੀਤਾ ਹੀ ਨਹੀਂ ਤਾਂ ਮੁੜ ਤੈਨੂੰ ਆਣ ਕੇ ਲਿੱਤਰ। ਹਾਂਜੀ ਦੱਸੋ ਜੀ ਹੁਣ ਕੀ ਮਸਲਾ ਬਣ ਗਿਆ? ਮੈਨੂੰ ਮਰਿੰਦਾ ਗੱਤੀ ਹੈ, ਉਹ ਤੋਂ ਨਾ ਕੋਈ ਖਰਚਾ ਦਿੰਦਾ ਹੈ ਨਾ ਕੋਈ ਮੈਨੂੰ ਆਟਾ ਦਾਣਾ ਦਿੰਦਾ ਹੈ। ਪਹਿਲੂ ਪੇਕਿਆਂ ਨੇ ਘਰ ਹੀ ਚੁਕਾੜ ਛੱਡਿਆ, ਹੁਣ ਬਹਿਣੀ ਤੇ ਪੈ ਗਿਆ ਤੇ ਮੋੜ ਵੀ ਮੇਰੇ ਨਾਲ ਇਵੇਂ ਕਰਿੰਦਾ ਹੈ, ਨਾ ਕੋਈ ਸ਼ਹਿ ਦਿੰਦਾ ਮੈਨੂੂੰ ਤੇ ਨਾ ਤੂੰ ਤੇ ਨਹੀਂ ਤੇ ਕੋਈ ਗੱਲਬਾਤ ਹੋਈ ਹੈ? ਕੀ ਗੱਲਬਾਤ ਹੋਈ, ਕੀ ਵਜ੍ਹਾ ਬਣੀ ਹੈ? ਮੈਂ ਆਂਦਾ ਰੋਟੀ ਚ ਦੇ ਭਾਈ ਜੀ, ਕੋਈ ਮੇਰੇ ਕੋਲ ਹੀ ਪੁੱਛ ਲੋ ਗੱਲ ਦੇਵਾਂ ਮੇਰੇ ਕੋਲ। ਹਾਂਜੀ ਦੱਸੋ ਜੀ। ਮੈਂ ਉਧਰੋਂ ਆਇਆ, ਉਧਰੋਂ ਆਪਣੇ ਪੁਰਾਣੇ ਘਰੋਂ ਆ ਬੇ ਦੇ ਘਰੋਂ। ਹਾਂ ਹਾਂ, ਮੈਂ ਆਇਆ ਨੂੰ ਕਿਹਾ ਰੋਟੀ ਪਕਾ, ਕਹਿੰਦੀ ਮੈਂ ਕਿਹਾ ਰੋਟੀ ਪਕਾਵਾਂ, ਅੱਗੋਂ ਕੰਘਾ ਸ਼ੀਸ਼ਾ ਵਾ ਹੀ ਜਾਂਦੀ ਤੇ ਕੁਛ ਲਿਆ ਦੇਵਾਂਗਾ ਤੇ ਉਹਨੇ ਪਕਾਣੀ ਹੈ ਤੇ ਉਧਰੋਂ ਜਿੱਧਰ ਖਾਤਾ ਲੱਗਾ ਉਧਰੋਂ ਲੈ ਲੈ। ਅਸੀਂ ਪੂਰੇ ਘਰ ਦਾ ਠੇਕਾ ਚੁੱਕ ਲਿਆ ਸੀ ਯਾਰ, ਤੂੰ ਕੀ ਕਰੇਗਾ? ਮੈਂ ਤੇਰੇ ਨਾਲ ਬੜਾ ਕੁਛ ਕਰ ਲਵਾਂਗਾ। ਕਰੇਗਾ? ਚੱਲ ਫੜ ਲੈ ਇਹਨੂੰ, ਫੜ ਲੈ। ਆਪਣੇ